ਆ ਭਾਜੀ ਆਏ ਨੇ ਅੰਮ੍ਰਿਤਸਰ ਤੋਂ। ਭਾਜੀ ਅੰਮ੍ਰਿਤਸਰ ਕਿਹੜੇ ਪਿੰਡੋਂ ਆਏ ਤੁਸੀਂ ਭਾਜੀ? ਭਾਜੀ ਅੰਮ੍ਰਿਤਸਰ ਸੁਲਤਾਨਵਿੰਡ ਜੀ। ਸੁਲਤਾਨਵਿੰਡ ਚੱਟਵਿੰਡ ਤੇ ਆ ਕੀ ਚਲਾ ਰਹੇ ਹੋ ਭਾਜੀ? ਭਾਜੀ ਕਾਟ ਹੈ ਜਿਹੜੇ ਵੀਰ ਜੀ ਨੇ ਬਣਾਈ ਹੈ। ਅੱਛਾ ਅੱਛਾ ਅੱਛਾ, ਵੀਰ ਜੀ ਨੇ। ਵੈਰੀ ਗੁੱਡ। ਸੂਟ ਪਾਉਣੋ ਹੱਟ ਗਈ ਤੂੰ ਪਾਪਲੀਨ ਦੇ ਗੋਡੇ ਜੇ ਕਸਾਈ ਫਿਰੇ ਬਿੱਲੋ ਜੀਨ ਦੇ। ਸਲੋ ਕਰ ਰਹਾ ਹਾਂ। ਵੀਡੀਓ ਵੀਡੀਓ ਵੀਡੀਓ। ਸੂਟ ਪਾਉਣੋ ਹੱਟ ਗਈ ਤੂੰ ਪਾਪਲੀਨ ਦੇ ਗੋਡੇ ਜੇ ਕਸਾਈ ਫਿਰੇ ਬਿੱਲੋ ਜੀਨ ਦੇ ਕਿਵੇਂ ਕੱਚ ਮੋਤੀ ਤੇਰਾ ਸੁੱਚਾ ਹੋ ਗਿਆ ਪੰਜਾਬੀ ਤਰੀਕੇ ਨਾਲ ਅਸੀਂ ਇਹਨੂੰ ਲੋਨ ਮੋਡ ਦੀ ਬੈਟਰੀ ਪਾ ਕੇ ਤੇ ਪੈਟਰੋਲ ਵਾਲੇ ਮੋਟਰਸਾਈਕਲ ਨੂੰ ਅਸੀਂ ਇਹਨੂੰ ਬਿਜਲੀ ਵਾਲਾ ਮੋਟਰਸਾਈਕਲ ਬਣਾ ਲਿਆ ਤੇ ਉਹਦੇ ਨਾਲ ਤੁਹਾਨੂੰ ਪੈਟਰੋਲ ਵੀ ਨਹੀਂ ਪਾਉਣਾ ਪੈਂਦਾ ਤੇ ਕੋਈ ਖਰਚਾ ਵੀ ਨਹੀਂ ਹੈਗਾ। Hey, we're here at Lake Fountainhead in Virginia and we have and this is a beautiful day today. It's March 29th, it's like 4:30 or 4:45 and it's still very nice weather out and like 77 degrees and so we're enjoying this beautiful weather. ਇਹ ਦੇਖੋ ਇਹ ਅਮਰੀਕਾ ਭਾਜੀ ਦੇਖੋ ਹੈ ਔਰ ਇਹ ਜਿਹੜੀ ਜਗ੍ਹਾ ਹੈਗੀ ਨਾ ਇਹ ਸਾਰੀ ਗ੍ਰੀਨ ਹੋ ਜਾਂਦੀ ਹੈ ਜਿਹੜੇ ਸਾਰੇ ਪੇੜ ਨੇ ਨਾ ਜਿਹੜੇ ਇਹ ਥੋੜ੍ਹਾ ਜਿਹਾ ਹੋਰ ਮੌਸਮ ਗਾਂ ਜਾਏਗਾ ਨਾ ਸਪਰਿੰਗ ਚੱਲ ਰਿਹਾ ਹਾਂਜੀ ਇਹ ਸਾਰੇ ਗ੍ਰੀਨ ਹੋ ਜਾਣੇ ਨੇ ਤੇ ਬਹੁਤ ਸੋਹਣਾ ਲੱਗਦਾ ਜਿੱਦਾਂ ਹਿਲ ਸਟੇਸ਼ਨ ਹੁੰਦਾ ਨਾ ਇੱਦਾਂ ਲੱਗਦਾ। ਹਲੋ ਜੀ, ਸ਼ਾਮ ਦਾ 5:30 ਦਾ ਟਾਈਮ ਹੋ ਗਿਆ ਤੇ ਅਸੀਂ ਹਾਲੇ ਵੀ ਲੇਟ 'ਚ ਹੈਗੇ ਹਾਂ ਤੇ ਚੀਅਰਸ ਕਰ ਰਹੇ ਨੇ ਜੀ। ਚੀਅਰਸ ਕਰੋ ਜੀ ਭਾਜੀ, ਚੀਅਰਸ। ਆਹ ਸਾਡੇ ਭਾਜੀ ਆਏ ਨੇ, ਆਹ ਸਾਡੇ ਪਿੱਛੇ ਭਾਜੀ ਨੇ ਤੇ ਪਰਵਿੰਦਰ ਸਿੰਘ ਆਲੂਵਾਲੀਆ ਜੀ ਤੇ ਇਹ ਅਮਰੀਕਾ ਆਏ ਨੇ। ਅਸੀਂ ਲੇਕ ਫਾਊਂਟੇਨ ਹੈਡ 'ਚ ਅਸੀਂ ਇੱਥੇ ਦੇਖ ਰਹੇ ਹਾਂ, ਰੱਬ ਦਾ ਮਾਣ ਕਰ ਰਹੇ ਹਾਂ। ਪਾਲ ਭਾਜੀ ਨੇ ਇਹ ਬਹੁਤ ਹੀ ਗ੍ਰੇਟ ਪਰਸਨ ਹਨਾ, ਕਹਿੰਦੇ ਕਰ ਲਓ ਗੱਲ ਅੰਗਰੇਜ਼ੀ। ਇਹ ਐਕਚੁਲੀ ਕਮੇਡੀਅਨ ਨੇ, ਬਹੁਤ ਸ਼ੋਅ ਕਰਦੇ ਨੇ ਵੀਰ ਜੀ ਅਤੇ ਬੜਾ ਇੰਜੋਏ ਕਰਦੇ ਨੇ ਅਤੇ ਕਰਾਉਂਦੇ ਨੇ ਹਨਾ। ਦੇਖੋ ਇੰਜੋਏ ਦਾ ਨੇਚਰ ਲਓ ਜੀ। ਇਹ ਸਾਡੇ ਪ੍ਰਿਥਵੀਰ ਜੀ, ਮੇਰੇ ਵੱਡੇ ਭਰਾ, ਜਿਨ੍ਹਾਂ ਦੀ ਬਦੌਲਤ ਜੇ ਮੈਂ ਇਹਨਾਂ ਦੇ ਕੋਲ ਹੈਗਾ ਵਾਂ ਹੈਨਾ, ਅਤੇ ਜੇ ਨਾ ਇਹ ਕਹਿੰਦੇ ਵੀ ਤੂੰ ਮੇਰੇ ਕੋਲ ਆ ਤਾਂ ਫਿਰ ਮੈਂ ਕਿੱਥੋਂ ਆਉਣਾ ਤੇ ਇਹ ਲਾਈਫ ਜੈਕਟਾਂ ਤੋਂ ਬਗੈਰ ਆ ਜੀ ਅਸੀਂ ਕੋਈ ਹੈਗੀਆਂ ਜੀ ਹਾਲੇ ਕੋਈ ਲਾਈਫ ਜੈਕਟ ਆਪਾਂ ਰੱਖੀਆਂ ਜ਼ਰੂਰ ਨੇ ਹਾਂ, ਪਰ ਨਹੀਂ ਹਾਂ ਕਹਿੰਦੇ ਜੋ ਡਿੱਗਾਂਗੇ ਉਦੋਂ ਪਾਵਾਂਗੇ। ਵਾਹ ਜੀ ਵਾਹ, ਕੁਦਰਤ ਦੇ ਨਜ਼ਾਰੇ ਨੇ ਜੀ, ਦੇਖੋ ਪੰਛੀ ਵੀ ਉੱਡ ਰਹੇ ਨੇ। ਇੰਜੋਏ ਦਾ ਨੇਚਰ ਅੰਬਰੇਲਾ ਲਾ ਲਈ ਹੈ ਹਾਂ, ਉਹਦੇ ਨਾਲ ਇਹ ਹੈ ਵੀ ਜਰਾ ਸੂਰਜ ਸਾਨੂੰ ਘੱਟ ਅੱਖਾਂ ਮਾਰੇਗਾ। ਬੈਟਰੀ ਨਾਲ ਚੱਲ ਰਹੀ ਹੈ ਬੋਰਡ, ਭਾਈ ਨੇ ਬੈਟਰੀ ਆਪ ਬਣਾਈ ਹੈ, ਜੇ ਕਿਤੇ ਬੈਟਰੀ ਘੱਟ ਜੇ ਜਾਂ ਖੁਦਾ ਨਾ ਖਾਸਤਾ ਸਾਨੂੰ ਜਾਣਾ ਪਵੇ ਹੱਥ ਨਾਲ ਤੇ ਆਪਾਂ ਕਿੰਨਾ ਕੁ ਚਿਰ ਲੱਗੇਗਾ ਸਾਨੂੰ ਦੱਸੋ ਜੀ ਪਹੁੰਚਣ ਨੂੰ ਆਪਣੇ। ਆਹ ਦੇਖੋ ਜੀ ਇਹ ਇਹ ਰੋਟੀ ਪਹੁੰਚਾਉਣ ਦਾ ਤਰੀਕਾ ਜੀ, ਤੁਸੀਂ ਦੇਖੋ ਆਰਾਮ ਨਾਲ ਬੈਠੇ ਹਾਂ ਇਹ ਮੋਟਰ ਦੇ ਸਹਾਰੇ, ਇਹ ਵਿਚਾਰੇ ਘਰੋਂ ਰੋਟੀ ਖਾ ਕੇ ਆਏ ਨੇ